바해. Wow. ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਮੁਖ ਉਹ ਰੋਵਦਾ ਦੀ ਬਾਣੀ ਚ ਪੜਨੇ ਹਾਂ ਭਈ ਪ੍ਰਾਪਤ ਬਨੋ ਕੋ ਦੇਹ ਰੀਆ ਗੋਵਿੰਦ ਮਹਿਰਨ ਕੀ ਇਹ ਤੇਰੀ ਗਾਇਆ ਆਵਰ ਕਾ ਤੇਰੀ ਕਿ ਤਨਾਗਾ ਮਿਲ ਸਾਸ ਨੇ ਪੜ ਕੇ ਵਾਹਿਗੁਰਮਖੋ ਵਾਰਣੇ ਕੀ ਕਹਿੰਦੀ ਆ ਗੁਰੂ ਸਾਹਿਬ ਕੀ ਫਰਮਾਨ ਨੇ ਕਿ ਹੇ ਇਨਸਾਨ ਤੈਨੂੰ ਮਨੁੱਖਾ ਜਨਮ ਮਿਲਿਆ ਮਨੁੱਖਾ ਜਨਮ ਦੇ ਵਿੱਚ ਤੂੰ ਪਰਮਾਤਮਾ ਦਾ ਸਤਨਾਕ ਕਿਉਂਕਿ ਮਨੁੱਖ ਇਨਸਾਨ 'ਚ ਇੱਕ ਐਸੀ ਬੁੱਧੀ ਆ ਜਿਹਦੇ ਨਾਲ ਉਹ ਪਰਮਾਤਮਾ ਨੂੰ ਮਿਲ ਸਕਦਾ ਕੋਈ ਇੱਕ ਬੁੱਧੀ ਉਹ ਬੁੱਧੀ ਜੇ ਜੰਗੇ ਬਾਸੇ ਲੱਗ ਜਾਏ ਪਰਮਾਤਮਾ ਦੇ ਪਾਸੇ ਲੱਗ ਜਾਏ ਉਹ ਕਿਸਨ ਅਗਦੀ ਆ ਪਰਮਾਤਮਾ ਦਾ ਨਾਮ ਲਾ ਕੇ ਉਹ ਨਾਂ ਲੱਗੇ ਜਿਹਦਾ ਨਾਂ ਲਵਾਂਗੇ ਬੁੱਧੀ ਉਹ ਖੁਦ ਹੀ ਬਣ ਜਾਂਦੀ ਆ ਉਹ ਜੀ ਬਣੇਗੀ ਤੇ ਫਿਰ ਗੁਰਮਖੋ ਇਹਨੂੰ ਪਾਸੇਗਾ ਸਾੰਮਣੇ ਜੋ ਜੋ ਉਤਾ ਸੋਇ ਤੇ ਦੇ ਚਾਨਨ ਸਾੰਮਣੇ ਚੱਲੇ ਸਭੇ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਨਾ ਕੋ ਬੋਲੇ ਗੁਰਮਖੋ ਸਾਰਿਆਂ ਚ ਪਰਮਾਤਮਾ ਹੀ ਬੋਲਦਾ ਆ ਰਾਮ ਜੀ ਬੋਲਦੇ ਨੇ ਪਰ ਵਾਹਿਗੁਰੂ ਬੋਲਦਾ ਆ ਬਾਰੇ ਉਹ ਉਹਨੂੰ ਸੁਣਾਉਂਦਾ ਆ ਜਿਹੜਾ ਜਿਹਦਾ ਲਿਵ ਲੱਗੀ ਹੋਏ ਪਰਮਾਤਮਾ ਲੇਵ ਲੱਗਿਓ ਜਿਸਾਂ ਲੇਵ ਲੱਗਿਓ ਉਹਨੂੰ ਹੋਈ ਰਹਿੰਦਾ ਗੁਰਮਖੋ ਆਵਾਪਾ ਹੁਣਗਾ ਗੁਰਨਾਣ ਦੇ ਜੀ ਦਾ ਜ਼ਿਕਰ ਕਰ ਰਹੇ ਸੀ ਕੋਰੋ ਕੁਛਤਰਾ ਤੋਂ ਹੋ ਕੇ ਗੁਰਨਾਣ ਦੇ ਹਰ ਤਵਾਰ ਗਏ ਗੁਰਨਾਣ ਜੀ ਚਾਹਦੇ ਸੀ ਕਿ ਪਰਮਾਤਮਾ ਉੱਥੇ ਉੱਠ ਕੇ ਤੇ ਪਰਮਾਤਮਾ ਨਾਂ ਲਈਏ ਪਰਮਾਤਮਾ ਵੱਲ ਲਈਏ ਪਰਵਾਤਪਨ ਵੱਲ ਆਪਣਾ ਮਨ ਜੋੜੀਏ ਕਿਉਂਕਿ ਆਇਆ ਕਿ ਮਹਾਰਾਜ ਨੇ ਕਿਹਾ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਨ ਮੇਰਨ ਕੀ ਤੇਰੀ ਮਰਿਆ ਆਵਰ ਕਾ ਤੇਰੇ ਕਿਤਨਾ ਕਾਮਿਲ ਸਾਥ ਸੰਗਤ ਪਤਕੇ ਗੁਰਮੁਖੋਂ ਚਾਂਤੈਸ ਕਰਕੇ ਆਇਆ ਆਪਰਾ ਜਨਮ ਸਫਲਾ ਕਰਵਾ ਬਾਕੀ ਜਿਹੜੇ ਕੰਮ ਨੇ ਨਿਰਵਾਹ ਹੈ ਸਾਡੇ ਤੇ ਉਹ ਅਸੀਂ ਕਰਨੇ ਆ ਉਹ ਨਿਰਵਾਹ ਦੇ ਕੰਮ ਉਹਦੇ ਜੇ ਫਸ ਜਾਵਾਂਗੇ ਤਾਂ ਆਪਾਂ ਫਿਰ ਨਾਮ ਨਹੀਂ ਜਪ ਸਕਾਂਗੇ ਨਾਮ ਜਪਦਿਆਂ ਜਪਦਿਆਂ ਕੰਮ ਕਰਨੇ ਨੇ ਹਾਥ ਪੋਕਰ ਕੰਮ ਸਭ ਧੀਤ ਨਰਜਨ ਹੱਤਾ ਪੈਣਾ ਕੰਮ ਕਰੇ ਤੇ ਜਿਹੜਾ ਪਰਮਾਤਮਾ ਨਾਲ ਜੋੜੀ ਰੱਖੇ ਪਰਮਾਤਮਾ ਦੇ ਕੰਮ ਸਮਝ ਕੇ ਕਰੇ ਗੁਰੂ ਨੂੰ ਕੋ ਇਹ ਕਰਾਂਗੇ ਤੇ ਸਾਡਾ ਧਿਆਨ ਪਰਮਾਤਮਾ ਉੱਤੇ ਜਾਏਗਾ ਕੰਮ ਕਰਦੇ ਆ ਦੁਨੀਆ ਦੇ ਸਾਰੇ ਕੰਮ ਕਰਦੇ ਹੋਏ ਵੀ ਪਰਮਾਤਮਾ ਨਾਲ ਜੁੜੇਗਾ ਬਾਕੀ ਪਰਮਕੰਨ ਬੁਕਾਨਾਂ ਨੂੰ ਖਤਪਕਰ ਹੋ ਸੇ ਗੁਰੂ ਨਾਨਕ ਦੇਵ ਜੀ ਕਹ ਲੋ ਸੀ ਕਿ ਆ ਦੇ ਕੋਲ 76 ਤੋ ਹੋ ਕੇ ਮਹਾਰਾਜ ਫੇਰ ਹਰਦੁਆਰ ਗਏ ਹਰਦੁਆਰ ਬੜਾ ਗੜ੍ਹ ਸੀ ਆਪਣਾ ਉਹਨਾਂ ਦਾ ਉਹ ਬੜਾ ਬਹੁਤ ਵੱਡਾ ਘਰ ਸੀ ਜਿੱਥੇ ਕੇ ਪੰਡਿਤ ਲੋਗ ਆਪਰਾ ਨਾਮ ਵੀ ਜੋ ਪਾਉਂਦੇ ਸੀ ਔਰ ਵੀ ਕਈ ਕੁਝ ਉਹਨਾਂ ਨੂੰ ਪਰਮਾਤਮਾ ਦੇ ਰਸਤੇ ਵਾਸਤੇ ਦੱਸਦੇ ਸੀ ਉੱਥੇ 300000 ਜਿਆਦਾ ਲੋਕ ਜਾਂਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਤੇ ਉਹ ਫਰਮ ਕਾਰਨਾ ਚ ਪਾ ਲੈਂਦੇ ਸੀ ਉੱਥੇ ਗਏ ਤੇ ਜਦੋਂ ਗੁਰੂ ਆਂਦੇ ਜੀ ਗਏ ਤੇ ਗੁਰੂ ਆਂਦੇ ਜੀ ਉਹ ਦੇਖਿਆ ਬੇਠਾ ਜਿਹੜੇ ਪੰਡਿਤ ਸਾਰੇ ਪਾਣੀ ਜਿਹੜੇ ਨੇ ਸੂਰਜ ਵੱਲੋਂ ਜਿੱਥੋਂ ਸੂਰਜ ਚੜਦਾ ਆ ਚੜ੍ਹਦੇ ਪਾਸੇ ਤੋਂ ਈਸਟ ਵੱਲ ਪਾਣੀ ਸੁੱਟ ਰਿਹਾ ਸੀ ਉਹ ਨਾਂਦੇ ਜੀ ਉਹਨਾਂ ਨੂੰ ਦੇਖਣ ਵਾਸਤੇ ਪਾਣੀ ਕਿੱਥੇ ਸੁੱਟ ਰਿਹਾ ਨੇ ਉਹ ਪਤਾ ਸੀ ਕਿ ਪਤਰਾਂ ਪਿਤਰਾਂ ਨੂੰ ਪਾਣੀ ਦੇ ਰਹੇ ਨੇ ਜਿਹੜੇ ਪਿਤਰ ਇਹਨਾਂ ਦੇ ਕਹਿੰਦੇ ਗੁਜ਼ਰ ਗਏ ਨੇ ਤੇ ਉਹਨਾਂ ਨੂੰ ਪਾਣੀ ਜਾ ਰਿਹਾ ਹੈ ਤੇ ਮਹਾਰਾਜ ਨੇ ਦੱਸਣਾ ਸੀ ਕਿ ਪਿਤਰ ਤੇ ਕੋਈ ਉਹਨਾਂ ਦਾ ਪਰਬਾਤ ਬਾਦ ਨਾਮ ਜਾਂਦਾ ਹੈ ਬਾਕੀ ਦੁਨੀਆ ਚੀਜ਼ ਕੋਈ ਨਹੀਂ ਜਾਣਦੀ ਮਹਾਰਾਜ ਨੂੰ ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਮਾਰਨੇ ਟਾ ਕੇ ਨਦੀ ਆਪਣਾ ਦਰਿਆ ਜਾ ਕੇ ਤੇ ਆਪਰ ਪੰਜਾਬ ਵਾਲ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਪੰਜਾਬ ਵਾਲ ਪਾਣੀ ਛੁੱਟਦੇ ਛੁੱਟ ਰਹੇ ਸੀ ਤੇ ਬਾਕੀ ਸਾਰੇ ਹੈਰਾਨ ਹੋ ਗਏ ਵੀ ਇਹ ਚੰਗਾ ਆਦਮੀ ਆਇਆ ਬਾਕੀ ਸਾਰੇ ਝੜਦੇ ਰੁ ਪਾਣੀ ਛੁੱਟਦੇ ਪਏ ਨੇ ਤੇ ਇਹ ਇਹ ਕਾ ਨਾ ਆਦਮੀ ਆ ਜਾਂ ਤੇ پاگل ਆ ਜਾਂ ਕੁਛ ਐ ਹੋਜੇ ਗੱਲਾਂ ਕਰਨ ਆਪੇ ਤੇ ਦਖਰਪਾਸਾ ਅਚਾ ਵੈਸਟਰੂ ਪਾਣੀ ਛੁੱਟ ਰਿਹਾ ਹਾਂਜੀ ਤੇ ਇਹਨੂੰ ਇਹਨੂੰ ਸਮਝ ਨਹੀਂ ਲੱਗੀ ਪਈ ਤੇ ਉਹਨਾਂ ਨੇ ਸਾਰਿਆਂ ਇਕੱਠੇ ਹੋ ਕੇ ਉਹਨੂੰ ਪੁੱਛਿਆ ਵੀ ਤੁਸੀਂ ਪਾਣੀ ਕਿਉਂ ਛੱਡ ਤੁਸੀਂ ਕਿਉਂ ਵਿੱਚ ਖੜਪੀ ਤੇ ਚੰਗਾ ਪਾਣੀ ਤੇ ਇੱਧਰ ਆ ਵੀ ਇੱਧਰ ਜਵ ਦੇ ਤੋ ਕਾ ਸੂਰਜ ਵਾਲਾ ਤੇ ਪਾਣੀ ਉਹ ਪਿਤਰਮ ਜਾਂਦਾ ਹੈ ਤੇ ਤੁਸੀਂ ਕਦੋਂ ਪਾਣੀ ਛੱਡ ਰਿਹਾ ਉਹ ਕਹਿੰਦਾ ਵੀ ਮੈਂ ਮੇਰੀ ਖੇਤੀ ਆ ਪੰਜਾਬ ਦੇ ਵਿੱਚ ਉਹ ਸੁੱਕ ਰਹੀ ਆ ਤੇ ਮੈਂ ਉਹਨੂੰ ਪਾਣੀ ਦੇ ਰਿਹਾ ਉਹਦਾ ਪਾਣੀ ਉਥੇ ਭੇਜ ਰਿਹਾ ਸਾਰੇ ਮੁੱਅਸਲ ਆਪੇ ਮਜ਼ਾ ਕਰ ਲਾ ਪੇ ਇਹਦਾ ਕੋਈ ਠੀਕ ਨਹੀਂ ਦਿਮਾਗ ਇਹਦਾ ਜਿਹੜਾ ਕਹਿੰਦਾ ਪਾਣੀ ਐ ਤਾਂ ਸੁੱਟ ਕੇ ਤੇ ਉੱਥੇ ਖੇਤੀ ਚ ਜਾ ਕੇ ਪਾਣੀ ਲੱਗੇ ਉਹ ਕਹਿੰਦਾ ਵੀ ਤੂੰ ਠੀਕ ਆ ਫਿਰ ਪੌਦਾ ਵੀ ਪਾਣੀ ਐ ਜਿਹੜਾ ਖੇਤੀ ਚ ਪਾਣੀ ਆਪਾਂ ਪਾਣੀ ਦਰਿਆ ਸੁੱਟ ਰਿਹਾ ਪੰਜਾਬ ਚ ਤੇਰੇ ਖੇਤਾਂ ਨੂੰ ਕਿਸਾ ਜਾ ਕੇ ਲੱਗੇਗਾ ਉੱਥੇ ਜਾ ਕੇ ਕੋਈ ਹੈ ਵਾਸਤਾ ਕੋਈ ਤਰੀਕਾ ਹੈ ਕੋਈ ਨਾਮ ਦੀ ਬੜੇ ਪ੍ਰੇਮ ਨਾਲ ਕਹਿੰਦਾ ਕਿ ਤੁਸੀਂ ਪਾਣੀ ਕਿੱਧਰ ਸੁੱਟਦੇ ਸੀ ਅਸੀਂ ਪਿੱਤਰਾਂ ਤੋਂ ਦੇ ਪਿੱਤਰ ਤੇ ਤੁਹਾਡੇ ਅਗਲੇ ਜਹਾਂ ਚ ਨੇ ਪਿੱਤਰਾਂ ਬਾਣੀ ਕੇ ਸਾਥ ਚੁੱਪ ਠੇਗਾ ਤੇ ਪਿੱਤਰਾਂ ਤੁਹਾਡੇ ਨੂੰ ਪਾਣੀ ਪਹੁੰਚਾਤਾ ਮੇਰਾ ਪਾਣੀ ਫਿਰ ਪੰਜਾਬ ਕੌਣ ਉਹ سارے ਪਾਦਰ ਲੋਗੇ ਸੰਗਲਤ ਹਰ ਰੋਕੇ ਤੇ ਉਹਨੇ ਕਿਹਾ ਵੀ ਇਹ ਠੀਕ ਰਸਤੇ ਸਾਨੂੰ ਪਾ ਰਿਹਾ ਉਹ ਜਾ ਕੇ ਫਿਰ ਕੋਈ ਨਾ ਗੱਲਬਾਤ ਕਰਤਾ ਕਿ ਵੀ ਬਾਣਦੇ ਜੀ ਨਾਲ ਬਾਤਾਂ ਲਾਭ ਸ਼ੁਰੂ ਕੀਤੀ ਅਧਿਆਤਮ ਰੇ ਕਰੇ ਤਕੂ ਨਾਮਦੇ ਜੀ ਕਹਿੰਦੇ ਵੀ ਇਹ ਜਿਹੜੇ ਕਰਮ ਕਾਂਡ ਨੇ ਇਹਨਾਂ ਤੋਂ ਉੱਠ ਕੇ ਆਪਾਂ ਪਰਮਾਤਮਾ ਨਾਲ ਜੀ ਫਿਰ ਇਹ ਅਮਰ ਦਵਲੇ ਉੱਠੀਏ ਸੂਰੀ ਚੱਜੋ ਤਰੀਕੇ ਤੇ ਪਹਿਲੇ ਅਸ਼ਨਾਣ ਕਰੀਏ ਉਹ ਪਰਮਾਤਮਾ ਦਾ ਨਾਮ ਲਈ ਜੋ ਵੀ ਤੁਹਾਡਾ ਰਾਮ ਰਾਮ ਜਾਂ ਜੋ ਵੀ ਉਹਦਾ ਤੁਹਾਡਾ ਹੈ ਉਹਦੇ ਮੁਤਾਬਕ ਤੁਸੀਂ ਫਿਰ ਨਾਮ ਲਿਖੋ ਪਰਮਾਤਮਾ ਸਰਵ ਵਿਆਪੀ ਜੋ ਹੈ ਸਭ ਮੈਂ ਸਭੇ ਇਕੱਠੇ ਰਾਮ ਬੋਲੇ ਰਾਮਾ ਬੋਲੇ ਰਾਮ ਬ੍ਰਾਂਕੋ ਬੋਲੇ ਉਹ ਜਰਾ ਸਾਰਾ ਇਕੱਠਾਂ ਦੇ ਚ ਉਹਦਾ ਉਹਦਾ ਨਾਮ ਜਪੀ ਰਾਮ ਦਾ ਨਾਮ ਜਪੀ ਪਰਮਾਤਮਾ ਰਮਿਆ ਜਾ ਸਾਰਾ ਸਾਰਾ ਜ ਰਮਿਆ ਹੋਇਆ ਗੁਰੂ ਮਖੋ ਇੱਕ ਰਿਕਨ ਨੂੰ ਉਹਨਾਂ ਨੂੰ ਉਪਦੇਸ਼ ਦਿੱਤਾ ਉਹਨਾਂ ਨੇ ਸਿੱਧੇ ਰਸਤੇ ਪਾਇਆ ਉਹ ਬਾਕੀ ਵਾਕਈ ਉਹ ਮੰਨ ਲਪੇ ਗਏ ਇਤਿਹਾਸਨ ਪਰਮਾਤਮਾ ਨਾ ਲੈ ਕੇ ਅਸੀਂ ਕਾ ਜਾ ਸਕਿਆ ਇਹ ਕਰਮ ਕੰਟਾਂ ਨਾਲ ਤੇ ਜਾਲ ਸਕੇ ਸੱਚੇ ਮਨ ਨਾਲ ਪਰਮਾਤਮਾ ਦਾ ਜਾਪਾਂਗੇ ਤੇ ਪਰਮਾਤਮਾ ਸਾਡੇ ਅੰਦਰ ਵਸੇਗਾ ਮਾੜੇ ਖਿਆਲ ਉੱਟਣਗੇ ਜ ਚਗੇ ਚੰਗਾ ਨਾਮ ਜਾਏਗਾ ਪਰਮਾਤਮਾ ਦਾ ਤੋ ਜਾ ਕੇ ਮਾੜੇ ਖਿਆਲਾਂ ਨੂੰ ਉਹ ਠੋਕਰ ਮਾਰੇਗਾ ਮਾੜੇ ਖਿਆਲ ਬਾਹਰ ਉੱਟਣਗੇ ਜਿਵੇਂ ਜਪਾਂ ਜੇ ਸਰਪਾਣੀ ਗੰਦਾ ਹੈ ਉਹ ਗੰਦਾ ਪਾਣੀ ਤੁਹਾਡੇ ਟੱਬ ਵਿੱਚ ਪਾਇਆ ਹੈ ਉਹਦੇ ਵਿੱਚ ਚੰਗਾ ਪਾਣੀ ਪਾੰਦੇ ਰਹੋ ਤੇ ਗੰਦਾ ਪਾਣੀ ਬਾਹਰ ਨਿਕਲਦਾ ਜਾਂਦਾ ਨਿਕਲ ਜਾਂਦਾ ਜਿਉਂ ਜਿਉਂ ਪਾਣੀ ਚੰਗਾ ਪੈਂਦਾ ਜਾਏਗਾ ਗੰਦਾ ਪਾਣੀ ਬਾਹਰ ਨਿਕਲਦਾ ਜਾਏਗਾ ਤਾਂ ਗੁਰਮੁਖੀ ਤੇ ਕੀ ਹੋਏਗਾ ਉਹਦੇ ਵਿੱਚ ਵੀ ਬਿਲਕੁਲ ਸਾਫ਼ ਸੁਥਰਾ ਪਾਣੀ ਜੋ ਪੈ ਰਿਹਾ ਉਹ ਸਾਫ਼ ਸੁਥਰਾ ਪਾਣੀ ਪੀ ਲੇਗਾ ਤਾਂ ਇਸੇਰੇ ਸਾਡਾ ਸਰੀਰ ਵੀ ਇੱਕ ਟੱਬ ਆ ਸਰੀਰ ਦੇ ਵਿੱਚ ਵੀ ਜਿਹੜੀ ਸਾਡੀ ਆਤਮਾ ਤੇ ਪਰਮਾਤਮਾ ਦਾ ਰੂਪ ਆ ਬਾਕੀ ਸਾਡੇ ਚ ਕਾਮ ਕਰੋ ਲੋਭੋਂ ਕਹਾੜਾ ਜਿਹੜੇ ਗੰਧ ਪਿਆ ਆਇਆ ਖਿਆਲਾਂ ਦਾ ਉਹ ਗੁਰਮੁਖ ਉਹਨੂੰ ਕਿਸਰਾ ਦੂਰ ਕਰਨਾ ਤਾਂ ਜੇ ਤੇ ਆਤਮਾ ਨਾਲ ਸਾਡੇ ਲੈਵ ਲਗੇ ਉਹ ਦੂਰ ਕਰਨ ਦਾ ਵੇਸੇ ਇਹੋ ਹੀ ਗੱਲ ਆ ਵੀ ਜਿਸਨਾ ਟੱਪ ਦੇ ਵਿੱਚ ਪਾਣੀ ਸਾਫ਼ ਪਾਦੇ ਰਹੋ ਤੇ ਗੰਦਾ ਪਾਣੀ ਨਿਕਲਦਾ ਜਾਏਗਾ ਗੁਰਮੁਖ ਆਪਰ ਪਰਮਾਤਮਾ ਦਾ ਨਾਮ ਲਈਏ ਤੇ ਗੁਰਦਾਨ ਦੇ ਜੇ ਪਰਮਾਦਾ ਨਾਮ ਲਾਓ ਪਰਮਾਦਾ ਨਾਮ ਲੱਗ ਤੇ ਜਿਉਂ ਜਿਉਂ ਪਰਮਾਦਾ ਨਾਮ ਲਾਹੋਗੇ ਨਾ ਤੇ ਗੰਦੇ ਖਿਆਲ ਵੀ ਤੇ ਨਿਕਲਦੇ ਜਾਣਗੇ ਕਈ ਵਾਰੀ ਗੁਰਮੁਖ ਐਸਾ ਹੁੰਦਾ ਆ ਕਿ ਆਦਮੀ ਜੋ ਮਾੜੇ ਕੰਮ ਕਰ ਪਿਆ ਉਹ ਨਾ ਤੇ ਉਹ ਕੋਈ ਬੁਰਾ ਖਿਆਲ ਨਹੀਂ ਆਉਂਦਾ। ਮਨ ਉਹਦਾ ਚਿੱਤ ਤੱਦੇ ਚੱਲ ਜਾ। ਜਦੋਂ ਨਾਮ ਜਪਣ ਦਾ ਮਜ਼ਾ ਤੋਂ ਉਹਨੂੰ ਉਹ ਕੋ ਖਿਆਲ ਆਉਂਦੇ ਨੇ ਜਿਹਦੇ ਕਦੇ ਸੋਣੇ ਨਹੀਂ ਸੀ। ਉਹ ਅਜੇ ਮਨ ਉੱਧਰ ਉੱਧਰ ਭਟਕਦਾ। ਉਹ ਬੜਾ ਘਬਰਾਜਦਾ ਕਹਤਾ ਵੀ ਜਦੋਂ ਨਾਮ ਨਹੀਂ ਜਪਦਾ ਉਦੋਂ ਐਸੇ ਖਿਆਲ ਤੇ ਬੋਲੇ ਜਾਂਦੇ ਨਹੀਂ ਸੀ। ਤੇ ਜਦੋਂ ਮੈਂ ਜਪਣ ਲੱਪਣਾ ਤੇ ਉਹ ਮਾੜੇ ਖਿਆਲ ਕਿੰਨੇ ਆਉਂਦੇ ਨੇ ਮਾੜੇ ਖਿਆਲ ਆਣ ਲੱਪਣ ਦੇ ਨੇ। ਮੁਰਮਖੋ ਇਹ ਬੜਾ ਸ਼ੰਕਾ ਸੀ ਤੇ ਸ਼ੰਕਾ ਕਦੇ ਮਹਾਪੁਰਸ਼ ਨੂੰ ਜਾ ਕੇ ਪੁੱਛਿਆ ਤੇ ਮਹਾਪੁਰਸ਼ ਨੇ ਉਹ ਦੱਸਿਆ ਭਾਈ ਜਦੋਂ ਇੱਕ ਟੱਬ ਦੇ ਵਿੱਚ ਗੰਦਾ ਪਾਣੀ ਹੋਵੇ ਤੇ ਉਹਦੇ ਵਿੱਚ ਪਾਣੀ ਚੰਗਾ ਪਾਉਂਦੇ ਨੂੰ ਸਾਫ਼ ਪਾਣੀ ਗੰਦਾ ਪਾਣੀ ਟੱਬ ਵਿੱਚ ਪੂਰਾ ਹੈ ਤੇ ਉਹ ਸਾਫ਼ ਪਾੰਦਾਂਗੇ ਤੇ ਗੰਦਾ ਪਾਣੀ ਬਾਹਰ ਦਾ ਨਿਕਲ ਜਾਏਗਾ ਤੇ ਕਾਰੇਗਾ ਚੰਗਾ ਪਾਣੀ ਟੱਬ ਵਿੱਚ ਪੰਦਾ ਜਾਏਗਾ ਜੋ ਜੋ ਪਾਣੀ ਟੱਬ ਚ ਪੈਂਦਾ ਰਹੇਗਾ ਪੰਦਾ ਚੰਗਾ ਪੈਂਦਾ ਰਹੇਗਾ ਪਿਓਰ ਵਾਟਰ ਪੈਂਦਾ ਰਹੇਗਾ ਤੇ ਗੰਦਾ ਪਾਣੀ ਉਹਦੇ ਨਿਕਲਦਾ ਨਿਕਲਦਾ ਕੀ ਤੇ ਸਾਰਾ ਗੰਦ ਜੜਾ ਉਹ ਜੋ ਨਿਕਲ ਕੇ ਉਹ ਵੈਂਡ ਸਾਫ ਸੁਥਰਾ ਟੱਬ ਬਣ ਜਾਏਗਾ ਪਾਣੀ ਵੀ ਇੰਨਾ ਸਾਫ ਸੁਥਰਾ ਹੋਏਗਾ ਗੁਰਮਖੋ ਸਾਡਾ ਸਰੀਰ ਵੀ ਉਹ ਹੀ ਆਇ ਇੱਕ ਟੱਬ ਹੀ ਆ ਟੱਬ ਦੇ ਵਿੱਚ ਇਹ ਸਰੀਰ ਦੇ ਵਿੱਚ ਜਿਹੜੇ ਬਾੜੇ ਖਿਆਲ ਪਏ ਹੋ ਰਹੇ ਕਾਮ ਕੋ ਲੋਮ ਹਕਾਰ ਦੇ ਉਹਨਾਂ ਦੇ ਦੀਨ ਜੋ ਅਸੀਂ ਕੰਮ ਕੀਤੇ ਨੇ ਉਹ ਸਾਡੇ ਬਿਰਤੀ ਚ ਅੰਦਰ ਅੰਤਕਾਰ ਚ ਬੈਠੇ ਹੋਏ ਜਦੋਂ ਚੰਗੇ ਪਾਣੀ ਪਾਵਾਂਗੇ ਜਿਵੇਂ ਵਾਹਿਗੁਰੂ ਦੇ ਨਾਮ ਲਾ ਕੇ ਪਰਮਾਤਮਾ ਦਾ ਰਾਮ ਦਾ ਨਾਮ ਲਾ ਕੇ ਓਮ ਦਾ ਨਾਮ ਲਾਵਾਂਗੇ ਜੋ ਵੀ ਤੁਸੀਂ ਪਰਮਾਤਮਾ ਦਾ ਨਾਮ ਤੁਸੀਂ ਰੱਖਿਆ ਆ ਉਹ ਲਾਵਾਂਗੇ ਤੇ ਗੁਰਮੁਖੋ ਜਿਸ ਨੂੰ ਲਾਵਾਂਗੇ ਤੇ ਮਾੜੇ ਖਿਆਲਤ ਅੰਦਰੋਂ ਨਿਕਲਦੇ ਜਾਣਗੇ ਜਿਸੜਾ ਗੰਦਾ ਪਾਣੀ ਤਾਂ ਵਿੱਚ ਪਿਆ ਆ ਬਿਲਕੁਲ ਤੋ ਕਹੇਗਾ ਬੜਾ ਗੰਦਾ ਪਾਣੀ ਆ ਸਾਰੇ ਗੰਦਾ ਪਾਣੀ ਆ ਉਹ ਕਹਿੰਦਾ ਇਹ ਗੰਧ ਇਹਦੇ ਚ ਆ ਇਹ ਪਾਣੀ ਦੀ ਗੰਧ ਨਹੀਂ ਆ ਪੁਣ ਅਖੀਰ ਤੇ ਚੰਗਾ ਪਾਣੀ ਉਹਦੇ ਵਿੱਚ ਪੰਦੇ ਰਹੇ ਪੰਦਾ ਰਿਹਾ ਤੇ ਗੰਦਾ ਪਾਣੀ ਨਿਕਲ ਗਿਆ ਤੇ ਟੱਬ 'ਚ ਫਿਰ ਸਾਫ ਪਾਣੀ ਆ ਗਿਆ ਉਹ ਕਹਿੰਦੇ ਫਿਰ ਸਾਫ ਹੋ ਗਿਆ ਕਹਿੰਦੇ ਗੱਦਾ ਇਹ ਤਾਂ ਨਿਕਲ ਗਿਆ ਸਭ ਬਿਲਕੁਲ ਸਾਫ ਜੋ ਅਸਲੀ ਪਾਣੀ ਆ ਉਹ ਪਾਣੀ ਇਹਦੇ 'ਚ ਪਾਣੀ ਆਇਆ ਸਗਰ ਨੂੰ ਕੋ ਸਰੀਰ ਵੀ ਸਾਡਾ ਟੱਬ ਆ ਸਰੀਰ ਦੇ ਵਿੱਚ ਜਿਹੜੇ ਦੇ ਮਾੜੇ ਬੂੜੇ ਕਾਜ਼ੇ ਕਰਮ ਕੀਤੇ ਨੇ ਉਹਨਾਂ ਦੇ ਖਿਆਲ ਜਿਹੜੇ ਅੰਦਰ ਪਏ ਹੋਏ ਨੇ ਉਹ ਸਾਨੂੰ ਸਤਾਉਂਦੇ ਨੇ ਮਾੜੇ ਪਾਸੇ ਲੈ ਜਾਂਦੇ ਨੇ ਜਿਉਂ ਜਿਉ ਅਸੀਂ ਚ ਵਾਇਗ ਦਾ ਨਾਮ ਲਾਂਗੇ ਰਾਮ ਦਾ ਨਾਮ ਲਾਗੇ ਓਮ ਦਾ ਨਾਮ ਲਾਗੇ ਅੱਲਾਹ ਤਾਲਾ ਦਾ ਨਾਮ ਲਾਗੇ ਕੋਈ ਪ੍ਰਮਾਤਮਾ ਕੋਈ ਵੀ ਨਾਮ ਆਪਾਂ ਜਪਾਂਗੇ ਪਰ ਗੁਰੂ ਮਖਪੂ ਇਹ ਪਿਓਰ ਵਾਟਰ ਆ ਜਦੋਂ ਅੰਦਰ ਜਾਏਗਾ ਉਹ ਅੰਦਰ ਨਾਮ ਜਪਾਂਗੇ ਅੰਦਰ ਚਾਏਗਾ ਪ੍ਰਮਾਤਮਾ ਦਾ ਤੂੰ ਮਾੜੇ ਖਿਆਲਾਂ ਨੂੰ ਬਾਹਰ ਕੱਢੇਗਾ ਬਾਹਰ ਕੱਢ ਕੇ ਜਿਉਂ-ਜਿਉਂ ਜਪਦੇ ਜਾਾਂਗੇ ਮਾੜੇ ਖਿਆਲ ਬਾਹਰ ਨਿਕਲ ਜਿਦਾ ਟੱਪ ਦੇ ਵਿੱਚ ਗੰਦਾ ਪਾਣੀ ਆ ਤੇ ਸਾਫ਼ ਪਾਣੀ ਪਾਉਂਦੇ ਜਾਓ ਤੇ ਗੰਦਾ ਬਾਹਰ ਨਿਕਲ ਜਾਏਗਾ ਸਾਫ ਪਾਣੀ ਦੀ ਧਾਰ ਰੰਦੀ ਰਹੇਗੀ ਗੰਦਾ ਪਾਣੀ ਉਹ ਨਿਕਲ ਜਾਏਗਾ ਕੰਧ ਦੇ ਕਾਹਦਾ ਖੀਰ ਤੇ ਉਹ ਬਿਲਕੁਲ ਸਾਫ ਪਾਣੀ ਦਾ ਬਚਾਉ ਜਾਂਦਾ ਤੇ ਸਾਰੇ ਹਰਾਰੇ ਜਿਹੜੇ ਗੰਦਾ ਪਾਣੀ ਸੀ ਸਾਫ ਕਿਸਰ ਹੋ ਗਿਆ ਕਿਉਂਕਿ ਸਾਫ ਪਾਣੀ ਉਹਦੇ ਪਿਆ ਤੇ ਉਹ ਗੰਦਾ ਪਾਣੀ ਬਾਹਰ ਨਿਕਲਿਆ ਤੇ ਉਹਦਾ ਟੱਬ ਦਾ ਪਾਣੀ ਉਸਰਾਗਾ ਜੋ ਸਾਫ ਪਾਣੀ ਚ ਆਪਣਾ ਤਸ਼ਬੀਰ ਤੋ ਆ ਰਿਹਾ ਸੀ ਜੋ ਰੋਜੀਨਲ ਵਾਟਰ ਆ ਰਿਹਾ ਸੀ ਇਹੋ ਹੀ ਸਾਡਾ ਸਰੀਰ ਵੀ ਟੱਬਿਆ ਗੁਰੂ ਕੋ ਜੋ ਕੰਮ ਕਰਦੇ ਆ ਦੁਨੀਆ ਦੇ ਵਿੱਚ ਉਹ ਸਾਰੇ ਸਾਡੇ ਖਿਆਲਾਂ ਤਿਲ ਵਿੱਚ ਰਾਜ ਜਾਂਦੇ ਨੇ ਜੋ ਜੋ ਕੰਮ ਕਰਦੇ ਆ ਉਹਦੇ ਖਿਆਲਾਂ ਤੇ ਸਰੀਰ ਦੇ ਵਿੱਚ ਅੰਤੇ ਕਰ ਸਾਡੇ ਸਾਹ ਦਾ ਤੋਂ ਉਸੇ ਮਤਾਬਕ ਅਸੀਂ ਚੱਲੇਗੇ ਉਸੇ ਤਰ੍ਹਾਂ ਕੰਮ ਕਰਦੇ ਰਹਿਣਾ ਤੇ ਇਹਨੂੰ ਕਦੋਂ ਸਾਫ਼ ਕਿਸਾ ਕਰਦਾ ਕਿ ਮਹਾਂਪੁਰਸ਼ ਕਰ ਵੀ ਜਾਂਦੇ ਨੇ ਉਹ ਕਹਿੰਦੇ ਨੇ ਕਿ ਨਾਮ ਜਪੋ ਪਰਮਾਤਮਾ ਦਾ ਨਾਮ ਲਵੋ ਜਿਉਂ-ਜਿਉਂ ਨਾਮ ਲਵੋਗੇ ਤੇ ਮਾਰੇ ਖਿਆਲ ਬਾਹਰ ਨਿਕਲਦੇ ਜਾਣਗੇ ਜਿਉਂ-ਜਿਉਂ ਤੁਸੀਂ ਨੰਦ ਨੰਦੇ ਹੋ ਕੇ ਪਰਮਾਤਮਾ ਦਾ ਨਾਮ ਤੇ ਮਾੜੇ ਖਿਆਲ ਤੁਹਾਡੇ ਅੰਦਰੋਂ ਨਿਕਲ ਜਾਂਦੇ। ਗੁਰਮਖੋ ਉੱਧੇਉਂ ਕਰਦੇ ਜਾਂਦੇ ਪਹਿਲੇ ਚੁੱਚ ਨਾਮ ਜਪਦੇ ਹੋ ਤੇ ਮਾੜੇ ਖਿਆਲ ਬਹੁਤ ਆਉਂਦੇ ਨੇ। ਕਿਉਂਕਿ ਉਹ ਰਬਾ ਆਦੀ ਜਗ੍ਹਾ ਤੋਂ ਹਰਾਂ ਹੋਈਦਾ। ਤੇ ਜਦੋਂ ਨਾਮ ਨਹੀਂ ਸੀ ਜਦਾ ਉਹ ਮੈਨੂੰ ਕੋਈ ਆਪੋ ਜਿਹਾ ਖਿਆਲ ਨਹੀਂ ਸੀ ਆਉਂਦੇ। ਤੇ ਸਾਡਾ ਵੀ ਕੈਦਾ ਹੋਇਆ। ਜਦੋਂ ਜਪ ਕਰਦਾ ਨਾਮ ਜਪਦਾ ਤਾਂ ਮਾੜੇ ਉਹ ਖਿਆਲ ਆਉਂਦੇ ਜੈਸੇ ਕਦੇ ਸੁੱਟ ਦੇਖੇ ਨਹੀਂ ਸੀ। ਤੇ ਉਹ ਫਿਰ ਕਹੇ ਬਾਪੁਰਸ਼ ਜਾ ਕੇ ਪੁੱਛੀਦਾ ਹੇ ਮਹਾਰਾਜ ਜੀ ਦੇ ਨਾਮ ਨਹੀਂ ਸੀ ਜਪਦੇ ਪਹਿਲੇ ਤੇ ਕੋਈ ਖਿਆਲ ਨਹੀਂ ਸੀ ਆ ਮਾੜਾ ਤੇ ਜੇ ਉਹ ਨਾਮ ਜਪ ਰਿਹਾ ਤੇ ਬਾਹਰ ਆ ਜਾਏਗਾ ਖਿਆਲ ਭੈੜੇ ਆਣ ਲਾ ਪੇ ਕਹਿੰਦੇ ਭਰੇ ਲੋਕਾ ਪਹਿਲੇ ਜਿਹੜੇ ਚੋਰ ਜੀ ਅੰਦਰ ਲੁਕੇ ਹੋਏ ਸੀ ਜਿਹੜਾ ਮਾੜੇ ਕੰਮ ਸੀ ਉਹ ਸਾਰੇ ਅੰਦਰ ਲੁਕੇ ਹੋਏ ਸੀ ਉਹ ਆਦਰ ਬੈਠੇ ਹੋ ਜੀ ਜਿਸੇ ਲੋਕਾਂ ਦੇ ਤੇ ਪਾਣੀ ਪਾਣੀ ਅੰਦਰ ਬਿਲਕੁਲ ਗੰਦਾ ਪਾਣੀ ਅੰਦਰ ਸੀ ਗੰਦਾ ਪਾਣੀ ਅੰਦਰ ਬੈਠਾਇਆ ਸੀ ਜਿਉ ਜੋ ਚੰਗਾ ਪਾਣੀ ਉਹਦੇ ਧਾਰ ਪਾਈ ਤੇ ਉਹਦਾ ਪਾਣੀ ਨਿਕਲਦਾ ਗਿਆ ਗੰਦਾ ਪਾਣੀ ਨਿਕਲਦਾ ਗਿਆ ਚੰਗਾ ਪਾਣੀ ਪੰਦਾ ਰਿਹਾ ਪਹਿਲਾਂ ਚੰਗਾ ਪਾਣੀ ਪੰਦਾ ਪੰਦਾ ਅਖੀਰ ਨੂੰ ਗੰਦਾ ਪਾਣੀ ਸਾਰਾ ਨਿਕਲ ਤੇ ਉਹ ਸਾਫ ਸੁਥਰਾ ਬਾਟਰ ਪਾਣੀ ਹੋ ਗਿਆ ਤੇ ਇਹੋ ਹੀ ਸਾਡਾ ਸਰੀਰ ਆ ਸਰੀਰ ਵੀ ਟੱਪਿਆ ਤੇ ਮਨ ਨੇ ਜੋ ਕੰਮ ਕਰਦੇ ਆ ਅਸੀਂ ਦੁਨੀਆਂ ਦੇ ਵਿੱਚ ਉਹ ਸਾਰੇ ਅੰਤਿਕਾਚੀ ਤੇ ਇਹ ਟੱਪ ਦੇ ਵਿੱਚ ਜਮਾ ਹੋ ਜਾਂਦੇ ਨੇ ਜਮਾ ਹੋ ਜਾਂਦਾ ਤੇ ਫਿਰ ਜੋ ਆਦਮੀ ਸੁਣਦਾ ਆ ਆ ਮਨ ਵਰਤਦਾ ਆ ਉਹ ਉਹਦੇ ਅੰਦਰ ਜੋ ਖਿਆਲ ਹੈ ਉਹਦੇ ਮੁਤਾਬਕ ਕਰਦਾ ਹੈ ਉਹ ਖਿਆਲਾਂ ਦੇ ਮੁਤਾਬਕ ਜਿਹਦੇ ਬਾੜੇ ਕੰਮਾਂ ਨੂੰ ਜਾਂਦਾ ਕਿਉਂਕਿ ਬਾੜੇ ਕਾਬੂ ਤੇ ਬੈਠੇ ਉਹ ਬਾੜੇ ਕੰਮ ਕਰਨਾ ਪੰਦਾ ਜੇ ਚੰਗੇ ਅੰਦਰ ਝਗਾ ਕੰਮ ਕਰੇਗਾ ਫਿਰ ਕਿਸੇ ਮਹਾਪੁਰਸ਼ ਕੋ ਜਾਂਦਾ ਉਹ ਕਹਿੰਦਾ ਮਹਾਰਾਜ ਮਨ ਬੜਾ ਫੜਕਦਾ ਮਨ ਬਾੜੇ ਪਾਸੇ ਜਾ ਰਿਹਾ ਮਨ ਉਹ ਜਿਹੇ ਪਾਸੇ ਜਾਂਦਾ ਜਿੱਦ ਉਹ ਮਹਾਪੁਰਸ਼ ਕਹਿੰਦਾ ਨਾ ਭਾਈ ਇਹ ਬੰਦਾ ਇਹੋ ਹੀ ਤਰੀਕਾ ਆ ਕਿ ਮਨ ਵੇਚੇ ਸਤਗੁਰੂ ਕੇ ਪਾਉ ਤੇ ਸੇਵਕੇ ਕਾਦਾ ਹੁਣ ਮਨ ਨੂੰ ਸਤਿਗੁਰੂ ਕੋਲ ਕਿਸਰਾ ਵੇਚਦਾ ਉਹ ਤਾਂ ਵਿਚਰਾ ਜੇ ਅਗਰ ਨਾਮ ਲਾਵਾਂਗੇ ਸਤਿਗੁਰ ਦਾ ਅਗਰ ਪਰਮਾਤਮਾ ਨਾਮ ਲਾਵਾਂਗੇ ਤੇ ਤਾਈਓ ਗੁਰਮੁਖੋ ਚੰਗਾ ਨਾ ਅੰਦਰ ਜਾਏਗਾ ਬਾੜਾ ਬਾੜੇ ਖਾਂ ਨਿਕਲ ਜਾਂਦੇ ਜਿਉਂ ਜਿਉਂ ਅਸੀਂ ਨਾਮ ਜਪਦੇ ਜਾਾਂਗੇ ਤੇ ਬਾੜੇ ਖਿਆਲ ਅੰਦਰੋਂ ਨਿਕਲ ਜਾਂਦੇ ਇਹ ਟਾ ਵੀ ਆ ਸਰੀਰ ਕਿਸਮ ਦਾ ਜੇ ਬਾੜੇ ਜਿਹੜੇ ਖਿਆਲ ਪਏ ਹੋਏ ਨੇ ਉਹਨੂੰ ਸੁਥਰਾ ਖਿਆਲ ਪਾਉਣ ਵਾਸਤੇ ਸਾਫ ਪਾਣੀ ਪਾਣੀ ਜਿਹੜਾ ਆ ਉਹ ਬਾਣੀ ਆ ਪਰਮਾਤਮਾ ਦੀ ਗੁਰੂ ਨਾਨਕ ਦੀ ਬਾਣੀ ਜਿੱਥੇ ਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਬਾਣੀ ਜੜੀ ਜੀ ਆ ਉਹ ਅਸੀਂ ਪੜ੍ਹੀਏ ਜਾਂ ਤੁਹਾਡੇ ਕੋਈ ਧਰਮ ਦੇ ਵਿੱਚ ਕੋਈ ਵੀ ਐਸਾ ਜਾਪ ਕਰਨ ਵਾਲਾ ਮੰਤਰ ਆ ਜਾਪ ਕਰਨ ਵਾਲਾ ਭਜਨ ਆ ਉਹ ਪੜਾ ਕਰਾਂਗੇ ਤੇ ਮਾੜੇ ਅੰਦਰੋਂ ਖਿਆਲ ਸਾਰੇ ਖਤਮ ਹੋ ਜਾਂਦੇ ਉਹ ਜਿਉਂ-ਜਿਉਂ ਕਰਦੇ ਜਾਾਂਗੇ ਭਜਨ ਕਰਦੇ ਰਾਂਗੇ ਜਾਪ ਕਰਤਾ ਰਾਂਗੇ ਸ਼ਬਦ ਪੜ੍ਹਦੇ ਰਾਂਗੇ ਵਾਇ ਗੁਰ ਦਾ ਨਾਮ ਜਪਦੇ ਰਹਾਂਗੇ ਜਿਉਂ ਜਿਉਂ ਜਪਦੇ ਰਹਾਂਗੇ ਤੇ ਗੁਰਮੁਖ ਉਹ ਅੰਦਰ ਵਸ ਜਗਾ ਮਾੜਾ ਖਿਆਲ ਸਾਰ ਟਿੱਕਲ ਜਰਗੇ ਅਖੀਰ ਤੇ ਕੀ ਹੋਏਗਾ ਕਿ ਐਸਾ ਸਾਫ ਸੁਥਰਾ ਤوڑا ਅੰਦਰ ਹੋ ਜਾਏਗਾ ਅੰਤੇ ਕਾ ਐਸਾ ਸਾ ਉਹ ਵਾਹਿਗੁਰੂ ਵਾਹਿ ਪਰਮਾਤਮਾ ਹੀ ਨਜ਼ਰ ਆਏਗਾ ਰਾਮ ਹੀ ਨਜ਼ਰ ਆਏਗਾ ਫਾਨੂ ਸਭੇ ਕਾ ਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਗਏ ਗੁਰਮੁਖੋ ਸਾਰਾ ਜ ਪਰਮਾਤਮਾ ਬੋਲਿਆ ਰਾਮ ਜੀ ਬੋਲ ਰਹੇ ਪਰ ਫਾਨੂ ਨਹੀਂ ਦੇ ਸਕਿਉਂ ਕਿ ਸਾਡਾ ਜੋ ਦਬਾਅ ਇਧਰ ਉਧਰ ਕੋ ਜੇਦਵਾ ਸਾਰਾ ਦਬਾਅ ਸਾਫ ਹੋ ਗਿਆ ਸਾਰਿਆਂ ਦੇ ਅਗਰ ਸਾਰਿਆਂ ਅਸੀਂ ਨਾਮ ਜਪੀਏ ਤਾਂ ਕੀਤੇ ਸਭ ਸਭ ਇਹ ਹੁੰਦੇ ਫੇ ਸਭ ਮੇ ਜੋਤਾ ਜੋਤ ਸਭ ਮੇ ਜੋਤ ਜੋਤ ਹੁੰਦਾ ਤੇ ਉਸੇ ਚਾਨਣ ਸਾਹਿਬ ਮੇ ਸਾਰਿਆਂ ਚ ਉਹੀ RAM ਦੀ ਬਾਸਰ ਉਹੀ ਤੁਹਾਨੂੰ ਚਾਨਣ ਦੇ ਗੁਰਮਖੋ ਜੀ ਜਿੰਦਾ ਆਦੇ ਆ ਤਾਂ ਅੰਦਰ ਤਾਕਤ ਹੈ RAM ਦੀ ਵਾਹਿਗੁਰੂ ਤਾਕਤ ਹੈ ਉਦਣ ਦੀ ਫਗੁਰਮਖੋ ਇਸ ਕਰਕੇ ਇਸ ਸੰਸਾਰ ਚ ਆਇਆ ਅਸੀਂ ਮਨ ਨੂੰ ਸਾਫ ਕਰਨ ਵਾਸਤੇ ਆਪਣੇ ਮਾਰੇ ਖਿਆਲਤ ਕੱਢ ਕੇ ਪਰਮਾਤਮਾ ਨਾਲ ਜੋੜ ਦੋ ਸਾਡੇ ਅੰਦਰ ਦੋ ਬੜੀਆਂ ਤਾਕਤਾਂ ਨੇ ਇੱਕ ਤੇ ਆਤਮਦੇਵ ਆ ਜੋ ਪਰਮਾਤਮਾ ਦੀ ਜੋਤ ਆ ਦੂਸਰਾ ਮਨ ਜਿਹੜਾ ਆ ਸਾਰੀ ਦੁਨੀਆਂ ਦੇ ਕੰਮ ਜਿਹੜੇ ਕਰਨੇ ਆ ਉਹ ਉਹ ਮਨ ਬਣ ਜਾਂਦਾ ਮਨ ਜਿਹੜਾ ਸਾਰੀ ਦੁਨੀਆਂ ਦੀ ਘੁੰਮਦਾ ਰਹਿੰਦਾ ਮਾਰੇ ਪਾਸੇ ਕਤੇ ਮਾਰੇ ਪਾਸੇ ਕੋਈ ਮਹਿਗਾ ਚੰਗੇ ਕੰਮਾਂ ਚਾਵੇਂ ਕੋ ਉਹ ਘੁੰਮਦਾ ਹੀ ਰਹਿੰਦਾ ਘੁੰਮਦਾ ਹੀ ਰਹਿੰਦਾ ਜਿਸਰਾ ਪਰਿੰਦਾ ਘੁੰਮਦਾ ਰਹਿੰਦਾ ਗੁਰਮਖ ਅੰਦਰ ਜਿਹੜਾ ਪਰਮਾਤਮਾ ਬੈਠਾ ਆਇਆ ਸਾਡੇ ਆਤਮ ਦੇਵ ਉਹਦਾ ਧਿਆਨ ਜਗਾਓ ਕਿਸੇ ਮਹਾਪੁਰਸ਼ ਦਾ ਜਾਓ ਉਹ ਫਰਤੀਕਾ 10000 ਰੁਪਏ ਤੁਸੀਂ ਵਾਹੀ ਨੂੰ ਦਾਨ ਜਪੋ ਰਾਮ ਦਾ ਨਾਮ ਜਪੋ ਕੋਈ ਵੀ ਦਾ ਨਾਮ ਜੋ ਗੋਬਿੰਦ ਦਾ ਨਾਮ ਜਪੋ ਕਿਉਂ ਜੋ ਚੰਗ ਉਹ ਨਾਮ ਜਪਾਂਗੇ ਮਾਰੇ ਖਿਆਲ ਬਾਹਰ ਨਿਕਲ ਜਾਂਗੇ ਜੋ ਜੋ ਭਜਨ ਕਰਦਾ ਜਾਗੇ ਮਾੜੇ ਖਿਆਲ ਨਿਕਲ ਜਾਗੇ ਜਿਸ ਤਰ੍ਹਾਂ ਗੰਦੇ ਪਾਣੀ 'ਚ ਚੰਗਾ ਪਾਣੀ ਪਾਉਂਦੇ ਜਾਓ ਤਾਂ ਗੰਦਾ ਬਾਹਰ ਨਿਕਲਦੇ ਆ ਗੰਦਾ ਬਾਹਰ ਅਖੀਰ ਤੇ ਚੰਗਾ ਪਾਣੀ ਪਾਉਂਦੇ ਜਾਓ ਗੰਦਾ ਸਾਰਾ ਨਿਕਲ ਜਾਗਾ ਔਰ ਚੰਗਾ ਹੀ ਪਾਣੀ ਬਿਲਕੁਲ ਸਾਫ ਹੁੰਦਾ ਪਾਣੀ ਉਹ ਤੇਰਾ ਇਹੋ ਸਾਡਾ ਸਰੀਰ ਆ ਟੱਬਿਆ ਇਹਦੇ ਵਿੱਚ ਅਗਰ ਪਰਮਾਤਮਾ ਦਾ ਨਾਮ ਲਵਾਂਗੇ ਚੰਗੇ ਨਾਮ ਬਾਣੀ ਪੜਾਂਗੇ ਨਾਮ ਬਣ ਜਪਾਂਗੇ ਔਰ ਚੰਗੇ ਖਿਆਲ ਅੰਦਰ ਆਣਗੇ ਪਰਮਾਤਮਾ ਦੇ ਖਿਆਲ ਆਣਗੇ ਨਾਮ ਜਪਣ ਨਾਲ ਤੁਹਾਨੂੰ ਮਾਰੇ ਹਾਰੇ ਖਾਲ ਨਿਕਲ ਜਾਵੇ ਕਰਦੇ 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 ਅਖੀਰ ਤੇ ਇਹਦੀ ਅੰਦਰ ਪਰਮਾਤਮਾ ਦੀ ਜਿਹੜੀ ਜੋਤ ਹੈ ਆਤਮ ਦੇਵ ਉਹ ਪ੍ਰਗਟ ਹੋ ਜੇਗੀ ਤੁਹਾਡਾ ਜਿਹੜਾ ਮਨ ਜਿਹੜਾ ਉਹਦੇ ਨਾਲ ਬੰਨ ਵੇਚੇ ਸਤਿਗੁਰੂ ਕੇ ਪਾਸ ਤੇ ਸੇਵਕੇ ਕਾਦਰ ਜੇ ਮਨ ਉਹਨੂੰ ਆਤਮ ਦੇਵ ਨੂੰ ਵੇਚ ਦਿੱਤਾ ਤਾਂ ਸੋ ਬੜੀ ਗਾੜੀ ਤੁਹਾਡਾ ਠੀਕ ਹੋ ਗਏ ਭਗਤਾਂ ਦੇ ਆਪਣੇ ਕਾਲ ਠੀਕ ਹੋ ਜਾਂਦੇ ਸੀ ਪੈਨਾ ਜੱਟ ਬੈਠਾ ਹੁੰਦਾ ਸੀ ਕਹਿੰਦਾ ਜੇ ਹਾਲ ਚਲਾਉਂਦੀ ਹਾਲ ਵੀ ਚਲ ਪਤਾ ਸੀਗਾ ਹਲੇ ਪਾਣੀ ਨੂੰ ਕੋਈ ਪਾਣੀ ਲੱਗਦਾ ਨਹੀਂ ਲਾ ਬੇਉਦੇ ਅੰਦਰ RAM ji ਸਾਹਿਬ ਗੁਰਮੁਖ ਜਿਆਸੀ ਐਸਾ ਸਾਰੇ ਅਗਰ ਪ੍ਰਬਾਤ ਬਾ ਨਾ ਲਾਵਾਂਗੇ ਅਗਰ ਅੰਦਰ ਸਾਡੇ ਜੋਬ ਸਭ ਮੇ ਜੋਬ ਜੋਤ ਹੈ ਸੋ ਇਹਦੇ ਚਾਦਰ ਸਭ ਮੇ ਚੱਲ ਰਿਹਾ ਤੇ ਉਹਨਾਂ ਦਾ ਦੁਆਵਾਂਗੇ ਤਾਂ ਫਿਰ ਗੁਰੂ ਕੋ ਸੋਈ ਦੁਨੀਆ ਇੱਕ ਰੂਪ ਸਿਧਰਾਈ ਗਈ ਸਾਰਾ ਵਿੱਚ ਉਹ ਹੀ ਸੱਭੇ ਘਟ RAM ਬੋਲੇ ਉਹ ਹੀ ਦਿਸ ਰਾਏਗਾ ਇਹ ਆਪਾ ਜਿੱਦੀ ਕੀ ਕਹ ਲੈ ਜਾਈਆ ਭਈ ਪ੍ਰਾਪਤ ਮਾਨੁਖ ਤੇ ਹੋਰੀਆ ਗੋਵਿੰਦ ਬਣੜ ਕੇ ਤੇ ਪਰਮਾਤਮਾ ਨੂੰ ਮਿਲਣਾ ਆਦਮੀ ਦੀ ਇਨਸਾਨ ਦੀ ਜੂਨੀ ਲੈ ਵਿੱਚ ਹੀ ਪਰਮਾਤਮਾ ਨੂੰ ਮਿਲ ਸਕਦਾ ਹੋਵੇ ਜੂਨੀ ਤੇ ਅਬ ਮਹਾਰਾਜ ਕਹਿੰਦੇ ਆਵਰ ਕਾ ਤਰੀਕੇ ਤੇ ਨਕਾਮ ਹਸਾ ਸੰਗ ਪੱਜ ਕੇ ਬੰਦਾ ਇਹ ਬੁਝੂ ਕਰਾਂਗੇ ਗੁਰਮੁਖ ਇਹ ਜਨੂ ਸਾਡਾ ਸਫਲ ਹੋ ਜਾਏਗਾ ਸਫਲ ਸਫਲ ਪੈਸਾ ਬਲ ਜਾ ਤਰਾ ਆਵਾਂ ਜਾਣ ਰਹੇ ਮੇਰੇ ਤਦਾ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ